ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਬੜੇ ਹੀ ਪਹੁੰਚੇ ਹੋਏ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਆਏ ਤੇ ਕਹਿੰਦੇ ਦੂਰੋਂ ਨੇੜਿਓਂ ਸੰਗਤ ਉਹ ਸੰਤ ਮਹਾਂਪੁਰਖਾਂ ਦੇ ਬਚਨ ਸੁਣਨ ਦੇ ਲਈ ਆਉਂਦੇ। ਕਹਿੰਦੇ ਅੱਜ ਵੀ ਕਾਫੀ ਸੰਗਤ ਬੈਠੀ ਹੋਈ ਸੀ ਅਤੇ ਸੰਤ ਮਹਾਂਪੁਰਖ ਜੀ ਬਚਨ ਕਰ ਰਹੇ ਸੀ ਕਿ ਉਹ ਪਰਮ ਪਿਤਾ ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਉਹ ਪਰਮਾਤਮਾ ਸਭ ਦੀ ਸੁਣਦੇ ਆ, ਸਭ ਦੀ ਅਰਦਾਸ ਪੂਰੀ ਕਰਦੇ ਆ ਤੇ ਕਹਿੰਦੇ ਵਿੱਚ ਵਿਚਾਲੇ ਇੱਕ ਮਨੁੱਖ ਉੱਠ ਕੇ ਖੜਾ ਹੋ ਗਿਆ ਅਤੇ ਕਹਿਣ ਲੱਗਾ ਕਿ ਬਾਬਾ ਜੀ ਤੁਸੀਂ ਤਾਂ ਕਹਿੰਦੇ ਆ ਕਿ ਪਰਮ ਪਿਤਾ ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਅਤੇ ਸਭ ਦੀ ਅਰਦਾਸ ਬੇਨਤੀ ਸੁਣਦੇ ਆ, ਪਰ ਸਾਡੇ ਨਾਲ ਇੰਨਾ ਵਿਤਕਰਾ ਕਿਉਂ? ਤਾਂ ਬਾਬਾ ਜੀ ਨੇ ਕਿਹਾ ਵੀ ਖੁੱਲ੍ਹ ਕੇ ਦੱਸ ਕੀ ਗੱਲ ਆ, ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਆ, ਤੇਰੀਆਂ ਲੋੜਾਂ ਤੇਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਨਹੀਂ ਬਾਬਾ ਜੀ, ਲੋੜਾਂ ਜ਼ਰੂਰਤਾਂ ਤਾਂ ਪੂਰੀਆਂ ਹੁੰਦੀਆਂ ਨੇ, ਬਸ ਮਸਾਂ ਹੀ ਪੂਰੀਆਂ ਹੁੰਦੀਆਂ ਨੇ, ਪਰ ਕਈ ਲੋਕਾਂ ਨੂੰ ਦੇਖਦੇ ਆ ਕਿ ਉਹ ਖੁੱਲਾ ਪੈਸਾ ਵਰਤਦੇ ਆ, ਉਹਨਾਂ ਦੇ ਘਰ ਦੇ ਵਿੱਚ ਖੁੱਲੀ ਮਾਇਆ ਆਉਂਦੀ ਆ, ਸਾਰੇ ਹੀ ਸੁੱਖ ਪਦਾਰਥ ਆ। ਤਾਂ ਬਾਬਾ ਜੀ ਪਰਮਾਤਮਾ ਨੇ ਇੰਨਾ ਭੇਦਭਾਵ ਕਿਉਂ ਕੀਤਾ, ਇੰਨਾ ਵਿਤਕਰਾ ਕਿਉਂ ਕੀਤਾ ਹੈ ਕਿ ਇੱਕ ਦੇ ਘਰ ਦੇ ਵਿੱਚ ਤਾਂ ਮਜ਼ਾ ਸਰਦਾ ਹੈ ਅਤੇ ਕਈਆਂ ਦੇ ਘਰ ਦੇ ਵਿੱਚ ਖੁੱਲੇ ਸੁੱਖ ਪਦਾਰਥ ਨੇ, ਉਹ ਖੁੱਲਾ ਖਾਂਦੇ ਪੀਂਦੇ ਆ, ਮੌਜ ਕਰਦੇ ਆ। ਤਾਂ ਬਾਬਾ ਜੀ ਕਹਿਣ ਲੱਗੇ ਵੀ ਚੱਲ ਤੇਰੇ ਸਵਾਲ ਦਾ ਜਵਾਬ ਵੀ ਦਿੰਨੇ ਆ, ਪਰ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਇੱਥੇ ਇਕੱਲਾ ਹੀ ਆਇਆ ਏ ਜਾਂ ਤੇਰੇ ਪਰਿਵਾਰ ਦੇ ਵਿੱਚੋਂ ਕੋਈ ਹੋਰ ਜੀਅ ਵੀ ਤੇਰੇ ਨਾਲ ਆਇਆ ਏ? ਤੇ ਕਹਿੰਦੇ ਉਹ ਕਹਿਣ ਲੱਗਾ ਕਿ ਨਹੀਂ ਬਾਬਾ ਜੀ, ਮੈਂ ਇਕੱਲਾ ਨਹੀਂ ਆਇਆ, ਮੇਰਾ ਛੋਟਾ ਪੁੱਤਰ ਮੇਰੇ ਨਾਲ ਆਇਆ ਹੈ। ਤਾਂ ਉਹਨੇ ਆਪਣੇ ਪੁੱਤਰ ਨੂੰ ਖੜਾ ਕੀਤਾ, 7-8 ਸਾਲ ਦਾ ਉਹਦਾ ਪੁੱਤਰ ਸੀ, ਉਹਨੇ ਬਾਬਾ ਜੀ ਵੱਲ ਕੀਤਾ, ਉਹ ਬੱਚੇ ਨੇ ਵੀ ਬਾਬਾ ਜੀ ਦਾ ਆਸ਼ੀਰਵਾਦ ਲਿਆ ਅਤੇ ਬਾਬਾ ਜੀ ਕਹਿਣ ਲੱਗੇ ਵੀ ਇਹਦਾ ਗੁਜ਼ਾਰਾ ਕਿਵੇਂ ਚੱਲਦਾ ਹੈ? ਤਾਂ ਉਹ ਮਨੁੱਖ ਕਹਿਣ ਲੱਗਾ ਕਿ ਬਾਬਾ ਜੀ ਇਹਦਾ ਗੁਜ਼ਾਰਾ ਮੇਰੇ ਸਿਰ ਤੇ ਆ, ਮੇਰੇ ਕੋਲ 2 ਏਕੜ ਜ਼ਮੀਨ ਆ ਤੇ ਮੈਂ ਉਹਦੇ ਵਿੱਚ ਖੇਤੀ ਕਰਦਾ ਹਾਂ, ਜੋ ਵੀ ਕਮਾਈ ਕਰਦਾ ਹਾਂ ਉਹਦੇ ਨਾਲ ਇਹਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ ਹਾਂ, ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ ਹਾਂ। ਤਾਂ ਬਾਬਾ ਜੀ ਨੇ ਕਿਹਾ ਵੀ ਅੱਛਾ ਠੀਕ ਹੈ, ਵੀ ਤੇਰੀ ਜ਼ਮੀਨ ਆ, ਤੂੰ ਹੀ ਉਹਦੇ ਵਿੱਚ ਕੰਮ ਕਰਦਾ ਹੈ ਤੇ ਤੂੰ ਬਸ ਇਹਦੇ ਉੱਤੇ ਤਰਸ ਕਰਕੇ ਇਹਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਦਿੰਦਾ ਹੈ। ਤਾਂ ਉਹ ਮਨੁੱਖ ਕਹਿਣ ਲੱਗਾ ਨਹੀਂ ਬਾਬਾ ਜੀ, ਕਿਵੇਂ ਦੀਆਂ ਗੱਲਾਂ ਕਰ ਰਹੇ ਹੋ, ਤਰਸ ਕਰਕੇ ਮੈਂ ਕਿਉਂ ਕਰਦਾ ਹਾਂ? ਜੋ ਕੁਝ ਵੀ ਮੇਰਾ ਹੈ, ਜੋ ਵੀ ਮੇਰੀ ਜ਼ਮੀਨ ਜਾਇਦਾਦ ਆ ਘਰ ਆ, ਇਹ ਸਭ ਕੁਝ ਇਸੇ ਦਾ ਤਾਂ ਹੈ। ਤਾਂ ਬਾਬਾ ਜੀ ਕਹਿੰਦੇ ਵੀ ਜੇ ਇਸੇ ਦਾ ਹੀ ਆ ਤਾਂ ਫਿਰ ਤੂੰ ਸਾਰਾ ਕੁਛ ਇਹਦੇ ਨਾਮ ਲਵਾ, ਸਾਰੀ ਜ਼ਿੰਮੇਵਾਰੀ ਇਹਨੂੰ ਚੁਕਾ, ਤੂੰ ਕਿਉਂ ਕੰਮ ਕਰਦਾ ਹੈ? ਤਾਂ ਉਹ ਮਨੁੱਖ ਕਹਿਣ ਲੱਗਾ ਕਿ ਬਾਬਾ ਜੀ ਇਹ ਅਜੇ ਛੋਟਾ ਹੈ, ਇਹ ਨਾ ਸਮਝਿਆ, ਮੈਂ ਇਹਦੇ ਨਾਮ ਸਾਰਾ ਕੁਝ ਕਿੰਜ ਕਰ ਸਕਦਾ ਹਾਂ, ਸਾਰੀ ਜ਼ਿੰਮੇਵਾਰੀ ਇਹਦੇ ਸਿਰ ਤੇ ਕਿੰਜ ਪਾ ਸਕਦਾ ਹਾਂ, ਇੰਨੀ ਛੋਟੀ ਉਮਰ ਚ ਇਹਨੂੰ ਦਵਾਂਗੇ ਤਾਂ ਇਹ ਤਾਂ ਗਵਾਹ ਬੈਠੇਗਾ। ਤਾਂ ਬਾਬਾ ਜੀ ਕਹਿਣ ਲੱਗੇ ਵੀ ਅੱਛਾ ਠੀਕ ਆ, ਅਜੇ ਛੋਟਾ ਹੈ, ਜਦੋਂ ਵੱਡਾ ਹੋਵੇਗਾ ਤਾਂ ਫਿਰ ਤੂੰ ਇਹਦੇ ਨਾਮ ਸਾਰਾ ਕੁਛ ਕਰ ਦੇਵੇਂਗਾ। ਤਾਂ ਉਹ ਮਨੁੱਖ ਕਹਿਣ ਲੱਗਾ ਕਿ ਹਾਂਜੀ ਬਾਬਾ ਜੀ, ਜਦੋਂ ਵੱਡਾ ਹੋ ਗਿਆ ਸਾਰਾ ਕੁਝ ਇਹਦਾ ਹੀ ਆ, ਇਹਦੇ ਨਾਮ ਕਰ ਦੇਣਾ ਹੈ। ਤਾਂ ਬਾਬਾ ਜੀ ਨੇ ਕਿਹਾ ਵੀ ਭਾਈ ਕੋਈ ਹੋਰ ਇੱਥੇ ਹੈ ਜਿਹਦਾ ਪੁੱਤਰ ਵੱਡਾ ਹੋਵੇ? ਤੇ ਨਾਲ ਹੀ ਇੱਕ ਪਿਓ ਪੁੱਤਰ ਹੋਰ ਬੈਠੇ ਸੀ, ਉਹਦਾ ਪੁੱਤਰ 19-20 ਸਾਲ ਦੀ ਉਮਰ ਦਾ ਸੀ। ਤਾਂ ਬਾਬਾ ਜੀ ਨੇ ਕਿਹਾ ਵੀ ਭਾਈ ਤੇਰਾ ਪੁੱਤਰ ਤਾਂ ਵੱਡਾ ਹੈ, ਤੂੰ ਤਾਂ ਇਹ ਸਭ ਕੁਝ ਇਹਦੇ ਨਾਮ ਕਰ ਦਿੱਤਾ ਹੋਵੇਗਾ। ਤਾਂ ਉਹ ਪਿਓ ਨੇ ਕਿਹਾ ਕਿ ਨਹੀਂ ਬਾਬਾ ਜੀ, ਮੈਂ ਵੀ ਅਜੇ ਤੱਕ ਇਹਦੇ ਨਾਮ ਕੁਝ ਨਹੀਂ ਕੀਤਾ ਕਿਉਂਕਿ ਇਹ ਵੱਡਾ ਤਾਂ ਹੋ ਗਿਆ ਹੈ ਪਰ ਅਜੇ ਤੱਕ ਸਮਝਦਾਰ ਨਹੀਂ ਹੋਇਆ। ਤਾਂ ਬਾਬਾ ਜੀ ਫਿਰ ਮੁਸਕਰਾ ਪਏ ਅਤੇ ਬਾਬਾ ਜੀ ਨੇ ਫਿਰ ਕਿਹਾ ਵੀ ਭਾਈ ਇੱਥੇ ਪੰਡਾਲ ਦੇ ਵਿੱਚ ਕੋਈ ਐਸਾ ਬੰਦਾ ਬੈਠਾ ਹੈ ਜਿਹਨੇ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਆਪਣੇ ਪੁੱਤਰ ਜਾਂ ਆਪਣੀ ਧੀ ਦੇ ਨਾਮ ਕੀਤਾ ਹੋਵੇ? ਤਾਂ ਇੱਕ ਮਨੁੱਖ ਉੱਠ ਕੇ ਖੜਾ ਹੋਇਆ, ਉਹਨੇ ਕਿਹਾ ਕਿ ਹਾਂਜੀ ਬਾਬਾ ਜੀ, ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੇ ਧੀਆਂ ਪੁੱਤਰਾਂ ਦੇ ਨਾਮ ਕਰ ਦਿੱਤੀ ਆ। ਤਾਂ ਬਾਬਾ ਜੀ ਨੇ ਕਿਹਾ ਵੀ ਤੂੰ ਆਪਣੇ ਧੀਆਂ ਪੁੱਤਰਾਂ ਦੇ ਨਾਮ ਜ਼ਮੀਨ ਜਾਇਦਾਦ ਕਿੰਜ ਕਰ ਦਿੱਤੀ? ਤਾਂ ਉਸ ਮਨੁੱਖ ਨੇ ਕਿਹਾ ਕਿ ਬਾਬਾ ਜੀ, ਮੇਰੇ ਧੀਆਂ ਪੁੱਤਰ ਬੜੇ ਹੀ ਆਗਿਆਕਾਰੀ ਨੇ, ਮੇਰੇ ਕਹਿਣੇ ਦੇ ਵਿੱਚ ਚੱਲੇ, ਤਾਂ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੇਰੇ ਧੀਆਂ ਪੁੱਤਰ ਮੇਰੀ ਬਣਾਈ ਹੋਈ ਜ਼ਮੀਨ ਜਾਇਦਾਦ ਨੂੰ ਸੰਭਾਲ ਲੈਣਗੇ, ਗਵਾਉਣਗੇ ਨਹੀਂ ਸਗੋਂ ਇਸ ਨੂੰ ਹੋਰ ਵਧਾ ਲੈਣਗੇ, ਇਸ ਕਰਕੇ ਮੈਂ ਜੋ ਵੀ ਇਹਨਾਂ ਦਾ ਸੀ ਨਾ ਇਹਨਾਂ ਦੇ ਨਾਮ ਕਰ ਦਿੱਤਾ ਹੈ, ਹੁਣ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਆ, ਇਹ ਖੁੱਲਾ ਖਾਂਦੇ ਪੀਂਦੇ ਆ, ਆਪਣੇ ਹਿਸਾਬ ਦੇ ਨਾਲ ਵਰਤਦੇ ਆ, ਮੈਂ ਸਾਰੀ ਪਾਵਰ ਹੀ ਇਹਨਾਂ ਦੇ ਨਾਮ ਕਰ ਦਿੱਤੀ ਆ, ਜੋ ਮਰਜ਼ੀ ਖਾਣ ਪੀਣ ਕਿਸੇ ਨੂੰ ਖਵਾਉਣ ਇਹਨਾਂ ਦੀ ਮਰਜ਼ੀ ਆ। ਤਾਂ ਕਹਿੰਦੇ ਬਾਬਾ ਜੀ ਨੇ ਉਸ ਬੰਦੇ ਦੇ ਮੂੰਹੋਂ
ਇਹ ਗੱਲ ਸੁਣ ਕੇ ਉਹ ਪਹਿਲੇ ਮਨੁੱਖ ਵੱਲ ਵੇਖਿਆ ਜਿਨੇ ਇਹ ਸਾਰੇ ਸਵਾਲ ਕੀਤੇ ਸਨ ਅਤੇ ਉਹਨੂੰ ਵੇਖਦਿਆਂ ਹੋਇਆਂ ਕਿਹਾ ਕਿ ਪੁੱਤਰ ਮੈਨੂੰ ਲੱਗਦਾ ਹੈ ਕਿ ਤੈਨੂੰ ਤੇਰੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਵੇਗਾ। ਪਰ ਉਹ ਮਨੁੱਖ ਕਹਿਣ ਲੱਗਾ ਕਿ ਬਾਬਾ ਜੀ ਨਹੀਂ ਮੈਂ ਸਮਝਿਆ ਨਹੀਂ ਕਿ ਤੁਸੀਂ ਕੀ ਸਮਝਾਉਣਾ ਚਾਹੁੰਦੇ ਸੀ। ਤਾਂ ਬਾਬਾ ਜੀ ਨੇ ਸਮਝਾਉਂਦੇ ਹੋਏ ਕਿਹਾ ਕਿ ਦੇਖ ਪੁੱਤਰ, ਜਿਵੇਂ ਦੁਨਿਆਵੀ ਮਾਂ ਬਾਪ ਆਪਣੇ ਬੱਚੇ ਦੀ ਫਿਕਰ ਕਰਦੇ ਆ, ਆਪਣੇ ਬੱਚੇ ਦੀਆਂ ਲੋੜਾਂ ਜ਼ਰੂਰਤਾਂ ਰੀਝਾਂ ਪੂਰੀਆਂ ਕਰਦੇ ਆ ਅਤੇ ਆਪਣੇ ਧੀਆਂ ਪੁੱਤਰਾਂ ਦੇ ਲਈ ਧਨ ਦੌਲਤ ਜ਼ਮੀਨ ਜਾਇਦਾਦਾਂ ਵੀ ਬਣਾਉਂਦੇ ਆ, ਪਰ ਉਨੀ ਦੇਰ ਤੱਕ ਪਾਵਰ ਉਹਨਾਂ ਦੇ ਹੱਥ ਵਿੱਚ ਨਹੀਂ ਦਿੰਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਇਹ ਯਕੀਨ ਨਹੀਂ ਹੋ ਜਾਂਦਾ, ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਮੇਰਾ ਪੁੱਤ ਮੇਰੀ ਧੀ ਇਹ ਜ਼ਮੀਨ ਜਾਇਦਾਦ ਇਹ ਸੁੱਖ ਪਦਾਰਥਾਂ ਨੂੰ ਸੰਭਾਲਣ ਦੇ ਯੋਗ ਹੋ ਗਿਆ ਹੈ। ਕਿਉਂਕਿ ਉਹ ਜਾਣਦੇ ਆ ਕਿ ਨਾ ਸਮਝੀ ਦੇ ਵਿੱਚ ਸਾਡਾ ਬੱਚਾ ਇਸ ਪਾਵਰ ਦਾ ਇਹ ਪੈਸੇ ਦਾ ਗਲਤ ਇਸਤੇਮਾਲ ਕਰ ਸਕਦਾ ਹੈ, ਕਿਸੇ ਗਲਤ ਸੰਗਤ ਦੇ ਵਿੱਚ ਪੈ ਸਕਦਾ ਹੈ ਜਾਂ ਫਿਰ ਕੋਈ ਇਹਦੇ ਨਾਲ ਠੱਗੀ ਠੋਰੀ ਕਰ ਸਕਦਾ ਹੈ, ਇਹ ਨਾ ਸਮਝੀ ਕਰਕੇ ਆਪਣੀ ਕਮਾਈ ਨੂੰ ਗਵਾ ਸਕਦਾ ਹੈ। ਇਸ ਕਰਕੇ ਉਹ ਸਾਰੀ ਪਾਵਰ ਆਪਣੇ ਹੱਥ ਵਿੱਚ ਰੱਖਦੇ ਆ। ਪਰ ਜਿਹੜੇ ਬੱਚੇ ਆਪਣੇ ਮਾਂ ਬਾਪ ਦੇ ਆਗਿਆਕਾਰ ਹੁੰਦੇ ਨੇ, ਆਪਣੇ ਮਾਂ ਬਾਪ ਦੇ ਕਹੇ ਅਨੁਸਾਰ ਚੱਲਦੇ ਨੇ, ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ 'ਤੇ ਚੱਲਦੇ ਨੇ, ਭਾਵ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦੇ ਆ, ਤਾਂ ਫਿਰ ਜਦੋਂ ਉਹ ਮਾਂ ਬਾਪ ਨੂੰ ਯਕੀਨ ਹੋ ਜਾਂਦਾ ਹੈ ਕਿ ਮੇਰਾ ਧੀ ਪੁੱਤ ਮੇਰੇ ਹੀ ਦੱਸੇ ਹੋਏ ਰਸਤੇ 'ਤੇ ਚੱਲ ਰਿਹਾ ਹੈ, ਇਹ ਸਭ ਕੁਝ ਸੰਭਾਲਣ ਦੇ ਯੋਗ ਹੋ ਗਿਆ ਹੈ, ਤਾਂ ਮਾਂ ਬਾਪ ਖੁਸ਼ੀ ਖੁਸ਼ੀ ਦੇ ਨਾਲ ਸਭ ਕੁਝ ਆਪਣੇ ਬੱਚੇ ਦੇ ਨਾਮ ਕਰ ਦਿੰਦੇ ਆ, ਸਾਰੀ ਜ਼ਿੰਮੇਵਾਰੀ ਉਹਨੂੰ ਦੇ ਦਿੰਦੇ ਆ ਕਿ ਤੂੰ ਜਿਸ ਤਰ੍ਹਾਂ ਮਰਜ਼ੀ ਖਾ ਵਰਤ ਭਾਵੇਂ ਕਿਸੇ ਨੂੰ ਖਵਾ, ਸਾਰੀ ਪਾਵਰ ਉਹਦੇ ਹੱਥ ਵਿੱਚ ਦੇ ਦਿੰਦੇ ਆ। ਬਸ ਬੱਚੇ ਨੂੰ ਆਪਣੇ ਮਾਂ ਬਾਪ ਦਾ ਯਕੀਨ ਵਿਸ਼ਵਾਸ ਹਾਸਲ ਕਰਨਾ ਪੈਂਦਾ ਹੈ ਅਤੇ ਵਿਸ਼ਵਾਸ ਯਕੀਨ ਮਾਂ ਬਾਪ ਨੂੰ ਤਾਂ ਹੀ ਹੁੰਦਾ ਹੈ ਜਦੋਂ ਉਹਨਾਂ ਦਾ ਬੱਚਾ ਉਹਨਾਂ ਦੇ ਕਹੇ ਅਨੁਸਾਰ ਚੱਲਦਾ ਹੈ। ਤਾਂ ਬਸ ਆਪਾਂ ਵੀ ਇਸੇ ਗੱਲ ਨੂੰ ਸਮਝਣਾ ਹੈ ਕਿ ਸਾਡੇ ਪਰਮ ਪਿਤਾ ਪਰਮਾਤਮਾ ਵੀ ਸਾਡੀ ਫਿਕਰ ਕਰਦੇ ਆ, ਸਭ ਦੀਆਂ ਅਰਦਾਸਾਂ ਬੇਨਤੀਆਂ ਸੁਣਦੇ ਆ ਅਤੇ ਸਭ ਦੀਆਂ ਲੋੜਾਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਆ। ਪਰ ਫਰਕ ਇੰਨਾ ਹੈ ਕਿ ਕਈਆਂ ਦੀਆਂ ਸਿਰਫ ਲੋੜਾਂ ਅਤੇ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਅਤੇ ਕਈ ਖੁੱਲ੍ਹਾ ਖਾਂਦੇ ਪੀਂਦੇ ਆ। ਉਹ ਇਸ ਕਰਕੇ ਕਿਉਂਕਿ ਸਾਡੇ ਵਿੱਚੋਂ ਬਹੁਤੇ ਇਨਸਾਨ ਐਸੇ ਆ ਜਿਨ੍ਹਾਂ ਦੇ ਕੋਲ ਥੋੜ੍ਹੀ ਜਿਹੀ ਪਾਵਰ ਆ ਜਾਵੇ, ਥੋੜ੍ਹਾ ਜਿਹਾ ਉੱਚਾ ਰੁਤਬਾ ਆ ਜਾਵੇ, ਤਾਂ ਉਹਨਾਂ ਨੂੰ ਆਪਣੇ ਰੁਤਬੇ ਦਾ ਆਪਣੀ ਪਾਵਰ ਦਾ ਹੰਕਾਰ ਹੋ ਜਾਂਦਾ ਹੈ, ਉਹਦਾ ਗਲਤ ਇਸਤੇਮਾਲ ਕਰ ਸਕਦੇ ਆ। ਇਸ ਕਰਕੇ ਵਾਹਿਗੁਰੂ ਜੀ ਉਸੇ ਨੂੰ ਹੀ ਉਹ ਚੀਜ਼ ਦਿੰਦੇ ਆ ਜਿਹੜਾ ਉਸਨੂੰ ਸੰਭਾਲਣ ਦੇ ਯੋਗ ਹੋਵੇ। ਹੁਣ ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਕਈਆਂ ਨੂੰ ਉਹ ਦਾਤ ਦਿੰਦੇ ਆ ਪਰ ਅੱਗੇ ਸੰਭਾਲੀ ਨਹੀਂ ਜਾਂਦੀ, ਤਾਂ ਬਸ ਆਪਾਂ ਵੀ ਇਸ ਗੱਲ ਨੂੰ ਸਮਝਣਾ ਹੈ ਕਿ ਆਪਾਂ ਵੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਪਾਤਰ ਬਣਨਾ ਹੈ। ਜਿੱਦਣ ਵੀ ਪਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਯਕੀਨ ਹੋ ਗਿਆ ਨਾ ਕਿ ਇਹ ਮੇਰਾ ਬੱਚਾ ਮੇਰੀਆਂ ਹੀ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲ ਰਿਹਾ ਹੈ, ਮੇਰੇ ਦੱਸੇ ਰਸਤੇ ਦੇ ਚੱਲ ਰਿਹਾ ਹੈ, ਤਾਂ ਉਸ ਦਿਨ ਦਾਤਾਂ ਸੰਭਾਲਿਆਂ ਵੀ ਨਹੀਂ ਸੰਭਲਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਘਰ ਵਿੱਚ ਦਾਤਾਂ ਦੇ ਢੇਰ ਲਾ ਦੇਣੇ ਆ। ਤਾਂ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਪਾਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ, ਆਪੋ ਆਪਣੇ ਅੰਦਰ ਝਾਤ ਮਾਰਨੀ ਆ, ਆਪਣੀਆਂ ਕਮੀਆਂ ਨੂੰ ਦੇਖਣਾ ਹੈ ਅਤੇ ਉਹਨਾਂ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਆ। ਕਿਉਂਕਿ ਜੇਕਰ ਕੋਈ ਦਾਤ ਸਾਨੂੰ ਅਜੇ ਤੱਕ ਨਹੀਂ ਮਿਲੀ ਤਾਂ ਇਹਦਾ ਮਤਲਬ ਇਹ ਆ ਕਿ ਅਸੀਂ ਉਸ ਦਾਤ ਨੂੰ ਸੰਭਾਲਣ ਦੇ ਯੋਗ ਨਹੀਂ ਆ। ਜਿਸ ਦਿਨ ਵੀ ਅਸੀਂ ਉਸ ਦਾਤ ਨੂੰ ਸੰਭਾਲਣ ਦੇ ਯੋਗ ਹੋ ਗਏ, ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਸ਼ਵਾਸ ਉਹਨਾਂ ਦੀ ਖੁਸ਼ੀ ਹਾਸਲ ਕਰ ਲਈ, ਉਸੇ ਦਿਨ ਤੋਂ ਸਾਡੇ ਉੱਤੇ ਵਾਹਿਗੁਰੂ ਜੀ ਦੀਆਂ ਬਰਕਤਾਂ ਖੁਸ਼ੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਇੱਥੇ ਸਾਡੇ ਸੰਤ ਮਹਾਂਪੁਰਖ ਜੀ ਸਾਨੂੰ ਸਮਝਾਉਂਦੇ ਨੇ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਉਹਨਾਂ ਦੀ ਬਰਕਤ ਆਪਾਂ ਕਿੰਜ ਹਾਸਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਪੱਕਾ ਕਰਨਾ ਹੈ, ਦੂਸਰਾ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਕਰਨਾ ਹੈ, ਭਾਵ ਕਿ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਹੈ, ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰ ਲੈਣਾ, ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ। ਕਿਉਂਕਿ ਗੁਰਬਾਣੀ ਦਾ ਪਾਠ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ। ਗੁਰਬਾਣੀ ਦੇ ਵਿੱਚ ਉਹ ਗਿਆਨ ਆ ਜੋ ਸਾਨੂੰ ਕਦੇ ਵੀ ਦੁਖੀ ਨਹੀਂ ਹੋਣ ਦਿੰਦਾ, ਜੋ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ। ਤਾਂ ਇਸ ਕਰਕੇ ਆਪਾਂ ਗੁਰਬਾਣੀ ਦਾ ਪਾਠ ਕਰਨਾ ਹੈ, ਗੁਰਬਾਣੀ ਦਾ ਗਿਆਨ ਹਾਸਲ ਕਰਨਾ ਹੈ ਅਤੇ ਗੁਰੂ ਜੀ ਦੇ ਦੱਸੇ ਅਨੁਸਾਰ ਚੱਲਣਾ ਹੈ। ਅਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੀ ਸਮਝਾਇਆ ਹੈ
कि हमेशा हक सच की किरत करनी है, कदे भी किसी का पराया हक नहीं मारना, ना पराई चीज ते अख रखनी है, ना ही पराई चीज की आस रखनी है। साड़ी आस अते अरदास साडे सतगुर सच्चे पातशाह ते होवे तां सतगुर सच्चे पातशाह झट ही कृपा करदे ने, अते उस तों बाद कि जो भी आपां अपनी हक सच की किरत कमाई करदे आं उहनूं सरबत दे भले दे कारजां दे विच लाउणा है। जिथे भी किते कोई लोड़वंद जरूरतमंद मिलदा है ना, भावें किसी नूं रोटी की लोड़ आ, किसी नूं कपड़े की लोड़ आ, किसी नूं दवाई की लोड़ आ, जो पैसे की कमी करके दवाई नहीं लै सकदा, अपना इलाज नहीं करवा सकदा, तां उहदी इस तरीके दे नाल मदद करदे नहीं आ। बस बिना भेदभाव तो बिना वितकरे तो आपां सेवा करनी आ, तां साडी कीती हुई ये सेवा सतगुर सच्चे पातशाह दे चरणां दे विच प्रवान जरूर होवेगी, पर सेवा करदिआं होइआं दान पुन करदिआं होइआं थोड़ा जिहा सचेत चौकन्ने जरूर रहना है, क्योंकि अजकल साधु दे भेस विच चोर भी बहुत ने, भाव कि किसी ठग मंडली दे हत्थे नहीं चढ़ जाणा, सचेत हो के चौकन्ने हो के फिर सेवा करनी है। अते ए सेवा आपां सही तरीके दे नाल इंज कर सकते हैं, आपो अपने गली महल्ले तो ही शुरू करो, क्योंकि जो साडे आस पास लोग ने सानू उन्हां दा चंगी तरह पता है कि किसनू किस चीज़ की लोड़ आ, तां आपां ये मदद ये सेवा अपने गली महल्ले तो शुरू कर सकते हैं, क्योंकि सानू सतगुर सच्चे पातशाह ने इहो मत दित्ती है कि गरीब का मूँह गुरु की गोलक, जो भी आपां अपनी हक सच की किरत कमाई करते हैं ना उहदे विचों चुप चाप दसवां हिस्सा एक साइड ते कढ लैणा चाहीदा है, जिथे भी कोई लोड़वंद दिसिया उहदी मदद करनी, गुरु घर जाके भी भेटा करनी, क्योंकि गुरु घर के जो सांझे कार्ज चल रहे हैं ना उन्हां दे विच भी सेवा करनी बहुत जरूरी आ। पर सब तो पहल सानू सतगुरु सच्चे पातशाह ने कहा है अपने आस पास देखो, तो जिस दिन भी आप अपने गुरु साहब जी दी दित्तियां हुई सिक्ख्यावां दे उत्ते चलना शुरू कर दिता, सतगुरु सच्चे पातशाह दीआं मेहरां बरकतां संभालियां भी संभालियां नहीं जाणियां। उस तो बाद गुरु साहब जी ने सानू किसी का भी बुरा करना तो दूर की गल सोचण तो भी मना किया है कि कदे भी किसी का माड़ा नहीं सोचना, किसी की निंदा चुगली, किसी की बुराई नहीं करनी, किसी के नाल किसी गलों ईरखा नहीं करनी, हंकार नहीं करना। जे आपां ये औगुण ये कमियां अपने विचों कढ दित्तियां तां वी सतगुरु सच्चे पातशाह दे साडे उत्ते बेअंत किरपा होवेगी। बस अपनी नीयत सच्ची सुची रखनी आ, अपने गुरु का ज्ञान हासिल करके गुरु की दित्ती हुई मत के अनुसार चलना है, तो कदे भी आप दुखी नहीं होवांगे, हमेशा मेहनत करनी आ, मेहनत ते विश्वास रखना है, कदे भी फ्री दे चीज के उत्ते आस नहीं रखनी, बगानी चीज ते आस नहीं रखनी, बस अपने इन्हों हाथों कहना है कि सतगुरु सच्चे पातशाह ने मैनू ये हाथ दिते आ, सोहना शरीर दिता है, तो यह सोहने शरीर तो मेहनत करवानी आ, क्योंकि जेडे मेहनती लोग आ सच्ची सुची नीयत वाले लोग ने जो हक सच की किरत करते नाल नाम जपते हैं ना, उन्होंने उत्ते गुरु नानक पातशाह दियाँ बरकतां हमेशा ही बनिया रहिंदियां ने, उन्हां दे उत्ते सतगुर सच्चे पातशाह दा मेहर भरिया हथ हमेशा ही रहिंदा है। तां बस आपां वी अपने गुरु नानक पातशाह दी दित्ती होई सिक्ख्या दे अनुसार चलना है, हक सच दी किरत करनी आ, रज के मेहनत करनी आ, कीती हुई किरत कमाई दे विचों दसवंद कढ के लोड़वंद जरूरतमंद दा भला करना है, तां सानूं अपना भला मंगण दी लोड़ ही नहीं पैणी, बिना बोलियां बिना मंगियां सब दाता सतगुरु सच्चे पातशाह खुशी खुशी दे नाल साडी झोली दे विच पा देणगे। तो फिर आओ इन्हां गल्लां नूं आपां अपनी जिंदगी दे विच लागू करिए, रोज़ रोज़ अमृत वेले उठना, अमृत वेले उठ के गुरबाणी दा ज्ञान हासिल करना अते गुरबाणी दे दित्ते हुए ज्ञान दे अनुसार ही चलना, हक सच दी किरत करनी, ईरखा हंकार चुगली तो दूर रहना, कदे भी किसी का माड़ा नहीं करना, भुल के भी कदी किसी का दिल नहीं दिखाउणा, जेकर गलती हो गई तो उहदी माफ़ी मंग लैणा, हर रोज़ वाहिगुरु जी का शुकराना करना, हर रोज़ कोशिश करनी कि गुरु घर जाके सेवा की जाए, तो देखना सतगुरु सच्चे पातशाह साढ़े उत्ते सदा ही दयाल ने, वो साढ़े सारे औगुण सारिया भुलों माफ़ कर देंगे ने जो असी सही रस्ते ते चलना शुरू कर दें। तो जेकर ये वीडियो तुहानू चंगी लगी तो इनू लाइक ते शेयर जरूर कर दिओ जी, पर जेकर सतगुरु सच्चे पातशाह की सिफत सलाह करद उन्हों दिख्यावान का जिक्र करद कोई भी भुल हो गई हो वाहेगुरु जी माफ़ कर देना।